ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਗੀ ਕਾ ਪ੍ਰਭ ਖੰਡੋ ਰੋਗ ਦੁਖੀਏ ਕਾ ਮਟਾਵੋ ਪ੍ਰਭ ਸੋਗ ਦੇ ਮਾਵਾ ਅਨਸਾਰ ਸਤਿਗੁਰਾਂ ਦੀ ਰਹਿਮਤ ਦੇ ਨਾਲ ਵੀਰੋ ਅੱਜ ਇੱਕ ਭੈਣ ਦੇ ਜੀ ਦੀ ਬ੍ਰੈਸਟ ਵਿੱਚ ਛਾਤੀ ਵਿੱਚ ਗਿਲਟੀਆਂ ਵਾਂ ਉਹਦੀ ਏਜ ਜੀ ਕੋਈ 22 ਸਾਲੀਆ ਮੈਰਜ ਨਹੀਂ ਹੋਈਆਂ ਮਰਦ ਲੜਕੀਆ ਜੀ ਦੀ ਛਾਤੀ ਦੇ ਵਿੱਚ ਬਹੁਤ ਹੀ ਗਿਲਟੀਆਂ ਬਣ ਚੁੱਕੀਆਂ ਵਾਂ ਇਹ ਡਾਕਟਰਾਂ ਨੇ ਆਪਰੇਸ਼ਨ ਦੱਸਿਆ ਆ ਵੀ ਆਪਰੇਸ਼ਨ ਹੀ ਇਹਦਾ ਹਾਲਿਆ ਪਰ ਆਪਾਂ ਪਹਿਲਾਂ ਵੀ ਬਹੁਤ ਸਾਰੀਆਂ ਲੜਕੀਆਂ ਦੇ ਪੈਣਾ ਦੇ ਜਿਹੜੀ ਛਾਤੀ ਵਿੱਚ ਬ੍ਰੈਸਟ ਵਿੱਚ ਗਿਲਟੀਆਂ ਆ ਜਾਂ ਬੱਚੇਦਾਨੀ ਵਿੱਚ ਜਾਂ ਪਾਣੀ ਵਾਲੀ ਜਾਂ ਮਾਸ ਵਾਲੀ ਰਸੌਲੀ ਆ ਉਹਦਾ ਵੀ ਪਹਿਲਾਂ ਹੀ ਬਹੁਤ ਲਾਜ ਕਰ ਚੁੱਕੇ ਆ ਤੇ ਅੱਜ ਫੇਰ ਇਹ ਭੈਣ ਆਈ ਆ ਵੀਰੋ ਆਪਾਂ ਕਿਉਂਕਿ ਅਜੇ ਇਹ ਲੜਕੀ ਆ ਨਵੇਂ ਰੜਿਆ ਆਪਾਂ ਆਪਿਓ ਗੱਲ ਕਰਨ ਤੋਂ ਵੀ ਸੰਗਦੀ ਆ ਤੇ ਉਹਦੇ ਵਾਸਤੇ ਆਪਾਂ ਇਹ 2 ਮਹੀਨਿਆਂ ਦੀ ਦਵਾਈ ਜਿਹੜੀ ਆ ਤਿਆਰ ਕਰਕੇ ਦੇਣ ਲੱਗੇ ਆ ਤੇ ਵੀਰੋ ਇਹਦੇ ਵਿੱਚ ਤੁਸੀਂ ਵੇਖ ਸਕਦੇ ਜੋ ਆ ਕਿੰਨੀਆਂ ਜੜੀਆਂ ਬੂਟੀਆਂ ਭਸਮਾ ਕੁਸਤੀ ਪਿਸਟੀਆਂ ਜਿਹੜੀਆਂ ਆਪਾਂ ਪਾਈਆਂ ਵਾ ਬਾਕੀ ਜਿੰਨਾ ਪਹਿਣਾ ਨੂੰ ਬੱਚੇਦਾਨੀ ਦੇ ਵਿੱਚ ਰਸੌਲੀ ਭਾਵੇਂ ਮਾਸ ਵਾਲੀ ਆ ਜਾਂ ਪਾਣੀ ਵਾਲੀ ਹੋ ਜਾਂਦੀ ਆ ਉਹਦੇ ਕਾਰਨ ਕਈਆਂ ਨੂੰ ਪ੍ਰੈਗਨੈਂਸੀ ਨਹੀਂ ਹੁੰਦੀ ਜਾਂ ਪ੍ਰੈਗਨੈਂਸੀ ਡੇਟ ਬਹੁਤ ਜ਼ਿਆਦਾ ਆਉਂਦੀ ਆ ਰੁਕਦੀ ਨਹੀਂ ਆ ਇਹ ਵੀ ਪ੍ਰੋਬਲਮ ਹੋ ਜਾਂਦੀ ਆ ਜਾਂ ਗਰਭ ਧਾਰਨ ਵਿੱਚ ਪ੍ਰੋਬਲਮ ਆਉਂਦੀ ਆ ਉਹਦੇ ਵਾਸਤੇ ਵੀਰੋਂ ਬਹੁਤ ਹੀ ਸਫਲ ਲਾਜ ਆ ਤੇ ਇਹ ਤੁਹਾਨੂੰ ਆਪਾਂ ਇਹਦੇ ਵਿੱਚ ਦੱਸ ਵੀ ਦੇਣਾ ਵਾ ਕਿ ਕੀ ਕੀ ਪਾਇਆ ਵਾ ਕਿਉਂਕਿ ਇਹ ਮਾਤ ਲੋਕ ਦੀਆਂ ਚੀਜ਼ਾਂ ਇੱਥੇ ਹੀ ਮਿਲਣਾ ਵਾ ਤੇ ਇੱਥੇ ਹੀ ਦੱਸ ਕੇ ਚੱਲ ਜਾਣਾ ਵਾ ਨਾਲ ਕੁਝ ਨਹੀਂ ਲੈ ਕੇ ਜਾਣਾ ਬਾਕੀ ਜਿਨ੍ਹਾਂ ਨੇ ਕਿਸੇ ਨੇ ਦਵਾਈ ਮਗਾਉਣੀ ਹੋਵੇ ਉਹ ਫੋਨ ਤੇ ਸੰਪਰਕ ਕਰ ਸਕਦੇ ਆ ਕਿਉਂਕਿ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਗਿਲਟੀ ਰਸੌਲੀ ਹੋਵੇ ਭਾਵੇਂ ਸਾਤੀ ਵਿੱਚ ਬ੍ਰੈਸਟ ਵਿੱਚ ਹੋਵੇ ਭਾਵੇਂ ਬੱਚੇਦਾਨੀ ਵਿੱਚ ਹੋਵੇ ਜਾਂ ਬੱਚੇਦਾਨੀ ਦੇ ਵਿੱਚ ਜਿਆਦਾ ਪ੍ਰੈਗਨੈਂਸੀ ਡੇਟ ਆਉਣੀ ਜਾਂ ਗਰਭ ਤਾਰਨ ਨਾ ਕਰਨਾ ਗਿਲਟੀ ਰਸੌਲੀ ਦੇ ਕਾਰਨ ਤੇ ਉਹਦਾ ਗਿਲਟੀ ਰਸੋਲੀਆਂ ਦਾ ਵੀਰੋ ਬਹੁਤ ਹੀ ਪੱਕਾ ਇਲਾਜ ਆ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਬਹੁਤ ਹੀ ਅਨੇਕਾਂ ਹੀ ਭੈਣਾਂ ਜਿਹੜਾ ਇਹ ਬਿਮਾਰੀ ਤੋਂ ਜੜੀਆਂ ਵਾ ਨਜਾਤ ਪਾ ਚੁੱਕੀਆਂ ਵਾ ਸੋ ਹੁਣ ਤੁਹਾਨੂੰ ਆਪਾਂ ਦੱਸਾਂਗੇ ਇਹਦੇ ਵਿੱਚ ਪਾਇਆ ਕੀ ਕੀ ਆ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਜੋ ਇਹ ਕੁੜੀਆਂ ਦੇ ਵਿੱਚ ਆਪਾਂ ਕਿੰਨੀਆਂ ਦਵਾਈਆਂ ਜੜੀਆਂ ਵਾ ਮਲਾਈਆਂ ਵਾ ਤੇ ਹੁਣ ਤੁਸੀਂ ਇਹ ਡੱਬੇ ਵੀ ਤੁਸੀਂ ਦੇਖ ਸਕਦੇ ਜੋ ਦੂਜੇ ਵਿੱਚ ਸਿਲਾ ਸੰਧੂਰ ਆਪ ਦਾ ਤਿਆਰ ਕੀਤਾ ਆ ਵਿਰੀਦੀ ਬਾਦ ਕਾ ਵਟੀ ਤੇ ਚਨਾਰ ਗੁੱਗਲ ਕੁਟਕੀ ਪਰਵਾਲ ਪਿਸ਼ਟੀ ਮੂੰਗਾ ਸ਼ਾਖ ਇਹ ਆਪ ਦੇ ਹੱਥਾਂ ਦੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਤੇ ਤਾਮਰ ਭਸਮ ਵੀਰੋ ਦੇ ਵਿੱਚ ਤਾਮਰ ਭਸਮ ਆਪਾਂ ਖੁਦ ਆਪ ਦੇ ਹੱਥਾਂ ਦੀਆਂ ਤਿਆਰ ਕੀਤੀਆਂ ਜਾਂ ਹਰ ਇੱਕ ਚੀਜ਼ ਤੇ ਬਝੋਰੇ ਦਾ ਛਿਲਕਾ ਅਬਰਕ ਭਸਮ ਹਜ਼ਾਰ ਪੁੱਠੀ ਅਮਰਤਾ ਸਾਤ ਗਲੂ ਦਾ ਚੂਰਨਾ ਆਪ ਦਾ ਤਿਆਰ ਕੀਤਾ ਆ ਤਾਜ਼ਾ ਤੇ ਬਸਰਾ ਦੇ ਮੋਤੀ ਪਿਸ਼ਤੀ ਇਹ ਮਾਂ ਪਿਸ਼ਤੀ ਗੋਰਖਮੁੰਡੀ ਵੀਰੋ ਇਹ ਸਾਰਾ ਕੁਝ ਪਾ ਕੇ ਇਹ ਆਪਾਂ ਤੁਹਾਡੇ ਸਾਹਮਣੇ ਦਵਾਈ ਤਿਆਰ ਕੀਤੀ ਆ ਜਿੰਨੂੰ ਵੀ ਕਿਸੇ ਨੂੰ ਵੀ ਜ਼ਰੂਰਤ ਹੋਵੇ ਉਹ ਸਾਡੇ ਨਾਲ ਫੋਨ ਤੇ ਸੰਪਰਕ ਕਰ ਸਕਦਾ ਵਾ ਬਾਕੀ ਇੰਸਟਾ ਤੇ ਜਾਂ ਫੇਸਬੁੱਕ ਤੇ ਸ਼ਾਰਟ ਵੀਡੀਓ ਪਾਈਦੀਆਂ ਆ ਪੂਰੀ ਵੀਡੀਓ YouTube ਤੇ ਹੀ ਪਾਈ ਜਾਂਦੀ ਆ ਤੇ YouTube ਚੈਨਲ ਸਬਸਕ੍ਰਾਈਬ ਕਰ ਲਿਓ ਨਿਰਮਲਾ ਜਰੂਵੇਦ ਕਲੀਨਿਕ ਨਾਗੋ ਕੇ ਮੋੜ ਮੈਂ ਤੁਹਾਡਾ ਵੈਦ ਕਰਮਜੀਤ ਸਿੰਘ ਮੈਨੂੰ ਬਾਬਾ ਜੀ ਕਰਕੇ ਵੀ ਪੁਕਾਰਦੇ ਆ ਲੋਕ ਤੇ ਬਾਕੀ ਵੀਰੋ ਕਿਸੇ ਨੇ ਵੀ ਕੋਈ ਸਲਾਹ ਲੈਣੀ ਹੋਵੇ ਕਿਸੇ ਤਰ੍ਹਾਂ ਦੀ ਵੀ ਜਾਂ ਫੋਨ ਤੇ ਸੰਪਰਕ ਕਰਕੇ ਸਲਾਹ ਕਰ ਸਕਦੇ ਹੋ ਜਾਂ ਕੋਈ ਦਵਾਈ ਮਗਾਉਣੀਆਂ ਤੇ ਘਰ ਵੀ ਭੇਜ ਦਿੱਤੀ ਜਾਂਦੀ ਆ ਤੇ ਜਿਹੜੇ ਆ ਕੇ ਲਿਜਾਣੀ ਚਾਹੁੰਦੇ ਆ ਉਹ ਵੀ ਲਿਜਾ ਸਕਦੇ ਆ ਬਾਕੀਆਂ ਆਪਣੇ ਕੋਲ ਕੁਝ ਬਿਮਾਰੀਆਂ ਦਾ ਆਪਾਂ ਬਿਲਕੁਲ ਫਰੀ ਇਲਾਜ ਕਰਦੇ ਆ ਉਹਦਾ ਪੈਸਾ ਨਹੀਂ ਲਿਆ ਜਾਂਦਾ ਜਿਵੇਂ ਕਿ ਸ਼ੂਗਰ ਆ ਭਾਵੇਂ ਕਿੰਨੀ ਵੀ ਸ਼ੂਗਰ ਪ੍ਰਾਣੀ ਤੋਂ ਪ੍ਰਾਣੀ ਹੋਵੇ ਉਹਦਾ ਬਿਲਕੁਲ ਫਰੀ ਇਲਾਜ ਕੀਤਾ ਜਾਂਦਾ ਵਾ ਤੇ ਦੁਬਾਰਾ ਸ਼ੂਗਰ ਰਹਿੰਦੀ ਵੀ ਨਹੀਂ ਆ ਤੇ ਉਸ ਤੋਂ ਬਾਅਦਾਂ ਟਾਈਫਾਇਟ ਦੀ ਦਵਾਈ ਫਰੀ ਦਿੱਤੀ ਜਾਂਦੀ ਆ ਚਿੱਟੇ ਤੇ ਕਾਲੇ ਮੋਤੀਏ ਦਾ दारू ਜਿਹੜਾ ਉਹ ਬਿਲਕੁਲ ਫਰੀ ਦਿੱਤਾ ਜਾਂਦਾ ਅੱਖਾਂ ਦੀ ਨਿਗਾ ਵਧਾਉਣ ਵਾਸਤੇ دارو ਤੇ ਸੁਰਮਾ ਫਰੀ ਦਿੱਤਾ ਜਾਂਦਾ ਵਾ ਤੇ ਰੀਡ ਦੀ ਹੱਟੀ ਦੇ ਮਣਕੇ ਡਿਸਕ ਦੇ ਹਿੱਲੇ ਹੋਏ ਮਣਕੇ ਬਿਲਕੁਲ ਫਰੀ ਜਿਹੜੇ ਆ ਠੀਕ ਕੀਤੇ ਜਾਂਦੇ ਆ ਸੋ ਵੀਰੋ ਚੈਨਲ ਸਬਸਕ੍ਰਾਈਬ ਕਰ ਲਿਓ ਘੰਟੀ ਵਾਲਾ ਬਟਨ ਦਬਾ ਲਿਓ ਕਿਉਂਕਿ ਹਰੇਕ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਵੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿਉਂਕਿ ਹੋਰ ਵੀ ਅਨੇਕਾਂ ਮਰੀਜ਼ਾਂ ਦਾ ਭਲਾ ਹੋ ਸਕਦਾ ਵਾ ਤੇ ਬਾਕੀ ਵੀਰੋ ਮੇਰੇ ਕੋਲੇ ਟੀਵੀ ਹਸਪੀਟਲ ਦੇ ਵਿੱਚੋਂ ਇੱਕ ਜੋ ਭੈਣ ਟੀਵੀ ਹਸਪੀਟਲ ਵਿੱਚ ਡਿਊਟੀ ਕਰਦੀ ਆ ਤੇ ਉਹ ਵੀ ਮੇਰੇ ਕੋਲ ਆਈ ਸੀ ਤੇ ਉਹ ਕਹਿੰਦੀ ਕਿ ਟੀਵੀ ਹਸਪੀਟਲ ਵਿੱਚ ਟੀਵੀ ਦਾ ਲਾਜ ਨਹੀਂ ਹੁੰਦਾ ਤੇ ਬਾਕੀ ਆਪਣੇ ਕੋਲੇ ਪੱਕਾ ਬਹੁਤ ਹੀ ਵਧੀਆ ਸਫਲ ਲਾਜ ਆ ਪਹਿਲਾਂ ਵੀ ਆਪਾਂ ਇੱਕ ਭੈਣ ਦਾ ਜਿਹਨੂੰ ਤਿੰਨ ਵਾਰ ਕੋਰਸ ਡਾਕਟਰਾਂ ਨੇ ਕਰਾਇਆ ਸੀ ਤੇ ਟੀਵੀ ਨਹੀਂ ਹਟੀ ਉਹਦਾ ਆਪਾਂ ਇਲਾਜ ਕੀਤਾ ਵਾ ਤੇ ਬਾਕੀ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਜਿਵੇਂ ਕਿ ਵੱਡੀਆਂ ਤੋਂ ਵੱਡੀਆਂ ਥੈਰਟ ਦੀ ਵੀ ਕੁਝ ਕੋ ਚਿਰ ਦਵਾਈ ਖਾਣ ਤੋਂ ਬਾਅਦਾਂ ਦੁਬਾਰਾ ਥੈਰਟ ਦੀ ਦਵਾਈ ਨਹੀਂ ਖਾਣੀ ਪੈਂਦੀ ਕਣਕ ਦੀ ਅਲਰਜੀ ਦਾ ਇਲਾਜ ਆ ਤੇ ਬਾਕੀ ਹੋਰ अनेका ਵੱਡੀ ਤੋਂ ਵੱਡੀਆਂ ਬਿਮਾਰੀਆਂ ਦਾ ਸਤਿਗੁਰੂ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਰਹਿਮਤ ਨਾਲ ਇਲਾਜ ਆ ਤੇ ਵੀਰੋ ਵੀਡੀਓ ਵੱਤੋ ਵੱਤ ਸ਼ੇਅਰ ਕਰਿਓ ਕਿਉਂਕਿ ਹੋਰ ਵੀ ਕਿਸੇ ਦਾ ਕਈ ਵੀਰ ਥੱਕੇ ਹਾਰੇ ਚੁੱਕੇ ਜਿਹੜੇ ਆ ਉਹ ਦਵਾਈ ਲੈ ਸਕਦੇ ਆ ਤੇ ਜਰੂਰ ਵੀਡੀਓ ਵਿੱਚ ਤੋਂ ਬਾਅਦ ਸ਼ੇਅਰ ਕਰਿਆ ਕਰੋ ਕਿਉਂਕਿ ਇਹ ਵੀ ਇੱਕ ਬਹੁਤ ਵੱਡਾ ਪੁੰਨ ਦਾ ਕੰਮ ਆ ਤੇ ਘੰਟੀ ਵਾਲਾ ਬਟਨ ਦਬਾ ਲਿਓ ਕਿਉਂਕਿ ਹਰੇਕ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਆਓ ਫਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ